ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਦੇਸ਼ ਅੰਦਰ ਅਸਹਿਣਸ਼ੀਲਤਾ ਦੇ ਮੁੱਦੇ ਤੇ ਆਪਣੇ ਮਹਿਮਾਨਾਂ ਦੇ ਨਾਲ ਦੋ ਪੜਾਅ ਦੀ ਚਰਚਾ ਕਰ ਰਹੇ ਹਾਂ। ਪਹਿਲੇ ਪੜਾਅ ਦੀ ਚਰਚਾ 'ਚ ਅਸੀਂ ਕਈ ਅਹਿਮ ਸਵਾਲਾਂ ਨੂੰ ਲਿਆ, ਪਰ ਕਈ ਹੋਰ ਅਹਿਮ ਮੁੱਦੇ ਜਿਹੜੇ ਅਸੀਂ ਹੁਣ ਦੂਜੇ ਪੜਾਅ ਦੀ ਚਰਚਾ 'ਚ ਲੈ ਰਹੇ ਹਾਂ, ਬਿਲਕੁਲ ਉਹਨਾਂ ਹੀ ਮਹਿਮਾਨਾਂ ਦੇ ਨਾਲ ਜਿਹੜੇ ਮਹਿਮਾਨਾਂ ਨਾਲ ਪਹਿਲੀ ਚਰਚਾ 'ਚ ਅਸੀਂ ਹਿੱਸਾ ਲਿਆ ਸੀਗਾ, ਗਰੇਵਾਲ ਜੀ, ਨਲਵੀ ਜੀ ਔਰ ਪ੍ਰੋਫੈਸਰ ਮਨਜੀਤ ਸਿੰਘ। ਮੈਂ ਤਿੰਨਾਂ ਮਹਿਮਾਨਾਂ ਨੂੰ ਇਸ ਪੈਨਲ 'ਤੇ ਮੁੜ ਜੀ ਆਇਆ ਆਖਦਾ, ਔਰ ਅੱਜ ਦੀ ਜਿਹੜੀ ਇਸ ਬਹਿਸ ਦਾ ਮੁੱਦਾ ਅਸਹਿਣਸ਼ੀਲਤਾ ਦੇ ਮੁੱਦੇ ਨੂੰ ਲੈ ਕੇ ਗਰੇਵਾਲ ਜੀ, ਮੈਂ ਇਸ ਮਾਮਲੇ 'ਤੇ ਤੁਹਾਡੇ ਨਾਲ ਇਹ ਬਹਿਸ ਦੀ ਸ਼ੁਰੂਆਤ ਕਰਨ ਲੱਗਿਆ। ਜਿੱਦਾਂ ਪਹਿਲੇ ਪੜਾਅ ਦੀ ਚਰਚਾ 'ਚ ਆਪਾਂ ਇਸ ਮਾਮਲੇ 'ਤੇ ਸ਼ੁਰੂਆਤ ਕੀਤੀ, ਇਸ ਵੇਲੇ ਜਿਹੜੀ ਸਭ ਤੋਂ ਇੱਕ ਵੱਡੀ ਗੱਲ ਪਿਛਲੇ ਦਿਨਾਂ 'ਚ ਉੱਭਰ ਕੇ ਸਾਹਮਣੇ ਆਈ, ਉਹ ਇਹ ਵੀ ਹੈ ਕਿ ਜਿਹੜਾ ਮੁਲਕ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦਾ ਇਹ ਕਹਿਣਾ ਕਿ ਦੇਸ਼ ਦੇ ਅੰਦਰ ਇਸ ਵੇਲੇ ਨਿਆਂਪਾਲਿਕਾ ਪੂਰੀ ਤਰ੍ਹਾਂ ਆਜ਼ਾਦ ਹੈ ਔਰ ਕਿਸੇ ਨੂੰ ਵੀ ਅਸਹਿਣਸ਼ੀਲਤਾ ਦੇ ਮੁੱਦੇ 'ਤੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਗਰੇਵਾਲ ਸਾਹਿਬ, ਸਵਾਲ ਇਹ ਪੈਦਾ ਹੁੰਦਾ ਹੈ ਕਿ ਸੁਪਰੀਮ ਕੋਰਟ ਜਿਹੜੀ ਹਾਈਐਸਟ ਅਥਾਰਟੀ ਹੈ ਨਿਆਂਪਾਲਿਕਾ ਦੀ, ਉਸ ਦੇ ਚੀਫ ਜਸਟਿਸ ਨੂੰ ਆਖਰ ਇਸ ਮਾਮਲੇ 'ਚ ਕੁੱਦਣ ਦੀ ਜ਼ਰੂਰਤ ਕਿਉਂ ਪਈ? ਉਹ ਇਸ ਕਰਕੇ ਪਈ, ਜੇ ਅਸੀਂ ਇੱਥੋਂ ਦੇ ਕਾਨੂੰਨ ਦਾ ਸਨਮਾਨ ਕਰਦੇ ਹਾਂ, ਸਤਿਕਾਰ ਕਰਦੇ ਹਾਂ ਜੀ, ਤਾਂ ਉਹ ਜਿਹੜੇ ਲੋਕ ਅੱਜ ਕਹਿੰਦੇ ਆ ਇੰਟੋਲਰੈਂਸ ਦੀ ਗੱਲ ਕਰਦੇ ਆ ਔਰ ਕੰਟਰੀ ਦੀ ਵਿਦੇਸ਼ਾਂ ਤੱਕ ਬਦਨਾਮੀ ਕਰਦੇ ਆ, ਜੀ ਜੀ, ਉਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਇੱਥੋਂ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਕਹਿ ਰਹੇ ਆ ਕਿ ਇੱਥੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਔਰ ਕਾਨੂੰਨ ਜਿਹੜਾ ਆਪਣਾ ਕੰਮ ਕਰ ਰਿਹਾ ਔਰ ਉਹ ਕਾਨੂੰਨ ਜਿਹੜਾ ਫਰੀ ਐਂਡ ਫੇਅਰ ਆਪਣੇ ਤਰੀਕੇ ਨਾਲ ਕੰਮ ਕਰ ਰਿਹਾ ਅਦਾਲਤਾਂ, ਅਤੇ ਉਹ ਚੀਫ ਜਸਟਿਸ ਕਹਿ ਰਹੇ ਆ, ਉਸ ਤੋਂ ਬਾਵਜੂਦ ਵੀ ਲੋਕ ਮੰਨਦੇ ਨਹੀਂ, ਉਹ ਫਿਰ ਵੀ ਸਾਡੇ 'ਤੇ ਇੱਦਾਂ ਉਂਗਲ ਉਠਾਉਣ ਲੱਗੇ। ਇਹਦਾ ਮਤਲਬ ਕੀ ਆ ਕਿ ਇਹ ਨਾ ਇਨਸਾਫੀ ਹੈ ਸਾਡੇ ਨਾਲ ਔਰ ਸਾਨੂੰ ਨਾ ਕੰਮ ਕਰਨ ਦੇਣਾ, ਵਿਕਾਸ ਦੇ ਰਸਤੇ 'ਤੇ ਨਾ ਚੱਲਣਾ, ਦੇਸ਼ ਨੂੰ ਮਜ਼ਬੂਤੀ ਦੀ ਤਰਫ਼ ਨਾ ਲੈ ਕੇ ਜਾਣਾ, ਇਹ ਉਸ ਤਰਫ ਲੋਕ ਰੁਕਾਵਟਾਂ ਪੈਦਾ ਕਰਦੇ ਨੇ ਆਪਣੇ ਰਾਜਨੀਤਿਕ ਹਿੱਤ ਸਾਧਣ ਦੇ ਲਈ। ਗਰੇਵਾਲ ਜੀ, ਪਰ ਇਹ ਗੱਲ ਨਹੀਂ ਆ ਗਈ ਕਿ ਇਹਦੇ ਨਾਲ ਸੁਪਰੀਮ ਕੋਰਟ ਨੇ ਨੋਟਿਸ ਵੀ ਲਿਆ ਇਸ ਗੱਲ ਦਾ, ਇਹ ਨਾ ਸਮਝਿਆ ਜਾਵੇ ਕਿ ਇਸ਼ੂ ਦੇਸ਼ ਦੇ ਵਿੱਚ ਉੱਭਰ ਕੇ ਆ ਰਿਹਾ ਕਿ ਨੋਟਿਸ ਲੈ ਕੀ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਕਾਨੂੰਨ ਆਪਣਾ ਕੰਮ ਕਰ ਰਿਹਾ, ਇੰਟੋਲਰੈਂਸ ਦੀ ਕੋਈ ਗੱਲ ਨਹੀਂ ਹੈ ਜੀ ਜੀ, ਅਤੇ ਅੱਜ ਬੀਜੇਪੀ ਰੂਲਡ ਕਿਸੇ ਵੀ ਸਟੇਟ 'ਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ, ਉਹ ਕਿਤੋਂ ਲੱਗ ਜੇ ਹੋਈ ਹੈ ਤਾਂ ਕਰਨਾਟਕ 'ਚ ਹੋਈ ਹੈ, ਜੇ ਹੋਈ ਹੈ ਤਾਂ ਉੱਤਰ ਪ੍ਰਦੇਸ਼ 'ਚ, ਦੂਜੇ ਰਾਜਾਂ 'ਚ ਹੋਈ ਹੈ, ਦੂਜੇ ਰਾਜਾਂ 'ਚ ਹੋਈ ਜੀ ਜੀ। ਪ੍ਰੋਫੈਸਰ ਮਨਜੀਤ ਸਿੰਘ, ਇਸ ਮੁੱਦੇ 'ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਜੀ ਨੂੰ ਅਜੇ ਵੀ ਨਹੀਂ ਇਹ ਲੱਗਦਾ ਕਿ ਉਹ ਬੀਜੇਪੀ ਦੇ ਲੀਡਰ ਨਹੀਂ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਆ, ਬਹੁਤ ਸਾਰੇ ਮਿਨਿਸਟਰ ਹੋਰ ਵੀ ਆ, ਪਾਰਲੀਮੈਂਟ ਦੇ ਅੰਦਰ ਇਹੋ ਜਿਹੇ MP ਬੈਠੇ ਹੋਏ ਆ ਜਿਹੜੇ ਕਿੱਡੀਆਂ ਕਮਿਊਨਲ ਗੱਲਾਂ ਕਰਦੇ ਆ, ਸਾਕਸ਼ੀ ਮਹਾਰਾਜ ਹੋ ਰਿਹਾ, ਕਦੀ ਉਹਨਾਂ ਨੂੰ ਪਬਲੀਕਲੀ ਉਨੀ ਡਾਂਟ ਨਹੀਂ ਪੈਂਦੀ ਜੀ। ਇਹ ਇਸ ਤਰ੍ਹਾਂ ਇੱਕ ਇਹੋ ਜਿਹਾ ਹੋ ਗਿਆ ਕਿ ਲੋਕ ਤੇ ਇਹ ਵਿਸ਼ਵਾਸ ਕਰਨ ਲੱਗ ਪਏ ਆ ਵੀ ਜਿਹੜੀ ਮਿਨਿਸਟਰੀ ਆ ਉਹਦੇ ਤੋਂ ਬਾਹਰ RSS ਦੇ ਹੈੱਡਕੁਆਟਰ ਤੇ ਫੈਸਲੇ ਹੁੰਦੇ ਆ, ਜੇ ਉਹ ਉਹਨਾਂ ਨੂੰ ਮਿਨਿਸਟਰਾਂ ਨੂੰ ਸਮਨ ਕਰਦੇ ਆ ਵੀ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ, ਉੱਥੇ ਦਰਬਾਰ ਸਰਕਾਰੇ ਦਰਬਾਰੇ ਅੰਦਰ ਜਾਉਂਦੇ ਆਉਂਦੇ ਜਾਂਦੇ ਉਹਨਾਂ ਦੀ ਸਾਰੀ ਜਿਹੜੀ ਕਾਰਗੁਜ਼ਾਰੀ ਆ ਉਹਨੂੰ ਇਨਫਲੂਐਂਸ ਕਰ ਰਹੇ ਆ ਜੀ ਜੀ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਇਮੇਜ ਐਵੇਂ ਨਹੀਂ ਬਣਿਆ, ਜਿਹੜੀ ਸਰਕਾਰ ਆ ਉਹ ਸਭ ਦੀ ਹੁੰਦੀ ਆ, ਪ੍ਰਧਾਨ ਮੰਤਰੀ, ਮਿਨਿਸਟਰੀ, ਗੌਰਮੈਂਟ, ਉਹ ਅਪੋਜੀਸ਼ਨ ਦੀ ਵੀ ਉਨੀ ਹੈ ਜਿੰਨੀ ਉਹ ਰੂਲਿੰਗ ਪਾਰਟੀਆਂ ਦੀ ਹੈਗੀ ਹੈ, ਉਹ ਸਰਬੱਤ ਦੀ ਆ। ਇਸ ਕਰਕੇ ਉਹ ਸਰਬੱਤ ਦਾ ਰੋਲ ਨਿਭਾਉਣ ਦੇ ਵਿੱਚ ਹੋਣ ਵਾਲੀ ਗੌਰਮੈਂਟ ਬਿਲਕੁਲ ਫੇਲ ਹੋਈ ਆ, ਉਹ ਪਾਰਟੀਜ਼ਨ ਆ, ਉਹ ਇੱਕ ਸੈਕਸ਼ਨ ਨੂੰ ਜਿਹੜੀ ਮੈਜੋਰਿਟੀ ਕਮਿਊਨਿਟੀ ਆ ਇੱਥੇ ਹਿੰਦੂ ਕਮਿਊਨਿਟੀ ਹੈਗੀ, ਉਸ ਨੂੰ ਪ੍ਰੋਟੈਕਟ ਕਰਨ ਲਈ ਔਰ ਦੂਜਿਆਂ ਨੂੰ ਇੱਕ ਇਹ ਫੀਲਿੰਗ ਦੇਣ ਲਈ ਕਿ ਤੁਸੀਂ ਨਹੀਂ ਤਾਂ ਮੈਨੂੰ, ਨਹੀਂ ਤਾਂ ਮੈਂ ਇਹ ਗੱਲ ਕਰਦਾ ਕਿ ਦੇਖੋ ਗੋਆ 'ਚ BJP ਉੱਥੇ ਬੀਪ ਕਿਉਂ ਨਹੀਂ ਬੰਦ ਕਰਦੇ ਜੀ, ਦੂਸਰੀ ਜਗ੍ਹਾ ਬੀਪ ਕਿਉਂ ਬੰਦ ਕਰਾਉਂਦੇ ਤੁਸੀਂ, ਕਿਉਂਕਿ 40% ਉੱਥੇ ਕ੍ਰਿਸਚਨ ਕਮਿਊਨਿਟੀ। ਇਸ ਕਰਕੇ ਇਹੋ ਜਿਹੀ ਗੱਲਾਂ ਜਿਹੜੀਆਂ ਕਰਨੀਆਂ ਵੀ ਕਿਸੇ ਦੇ ਫਰਿੱਜ ਦੇ ਵਿੱਚ ਜਾ ਕੇ ਬੀਫ ਪਿਆ ਅਤੇ ਉੱਥੇ ਤੁਸੀਂ ਦੂਜੀ ਦੀ ਸਟੇਟ ਦੇ ਵਿੱਚ ਜਾ ਕੇ ਇਹੋ ਜਿਹੀਆਂ ਕਮਿਊਨਲ ਉੱਥੇ ਬਿਹਾਰ ਦੀਆਂ ਇਲੈਕਸ਼ਨਾਂ ਜਿੱਤਣ ਲਈ ਇਹ ਕੁਛ ਕਰਨਾ, ਇਹ ਬਹੁਤ ਹੀ ਪਾਪ ਵਾਲੀ ਗੱਲ ਸੀ, ਇਹ ਧੱਕਾ ਸੀ ਔਰ ਉਹਦਾ ਮੈਸੇਜ ਗਿਆ, ਔਰ BJP ਨੂੰ ਹੁਣ ਸਿੱਖ ਜਾਣਾ ਚਾਹੀਦਾ ਜਦੋਂ ਉੱਥੇ ਸਿਰਫ 50 ਸੀਟਾਂ ਆਈਆਂ ਵੀ ਸਬਕ ਉੱਥੇ ਜਾ ਕੇ ਪ੍ਰਾਈਮ ਮਿਨਿਸਟਰ ਕਹਿੰਦਾ ਜਾਂ ਇਹਨਾਂ ਜਿਹੜੇ ਇਹਨਾਂ ਦੇ ਪੋਲੀਟੀਕਲ ਲੀਡਰ ਜਾ ਕੇ ਕਹਿੰਦੇ ਪਾਕਿਸਤਾਨ ਭੇਜ ਦਿਆਂਗੇ, ਉੱਥੇ ਜੀ ਦੀਵਾਲੀ ਪਾਕਿਸਤਾਨ ਮੰਨੂਗੀ, ਇਹ ਕਿਹੜੀਆਂ ਗੱਲਾਂ ਸੀ, ਇਹ ਕੰਪੇਨ ਦਾ ਹਿੱਸਾ ਹੋਣਾ ਚਾਹੀਦੀਆਂ। ਡੈਮੋਕ੍ਰੇਸੀ ਦੀ ਖੂਬਸੂਰਤੀ ਇਹੀ ਹੈ ਲੋਕਤੰਤਰ ਦੀ, ਸਾਡਾ ਦੇਸ਼ ਜਿਹੜਾ ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਹੈ, ਲੋਕਤੰਤਰ ਦੇ ਅੰਦਰ ਹਾਰ ਜਿੱਤ ਹੁੰਦੀ ਹੈ, ਵੋਟਰਾਂ ਦੇ ਫੈਸਲੇ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਹੀ ਇਹਦੀ ਖੂਬਸੂਰਤੀ ਹੈ, ਅਤੇ ਇਸ ਕਰਕੇ ਹਾਰ ਜਿੱਤ ਨਾਲ ਕੋਈ ਫਰਕ ਨਹੀਂ ਪੈਂਦਾ। ਦੂਸਰਾ, ਸਾਡੀ ਪਾਰਟੀ ਨੇ ਵੀ, ਸਾਡੇ ਪ੍ਰਧਾਨ ਮੰਤਰੀ ਨੇ ਵੀ, ਸਰਕਾਰ ਨੇ ਵੀ ਸਾਫ਼ ਕਿਹਾ ਕਿ ਜਿਹੜਾ ਸਾਡਾ ਸੰਵਿਧਾਨ ਆ ਉਹ ਸਾਡੀ ਹੋਲੀ ਬੁੱਕ ਆ, ਅਸੀਂ ਉਸੇ ਨੂੰ ਮੰਨ ਕੇ ਰਾਜ ਚਲਾਉਂਦੇ ਹਾਂ, ਕਾਨੂੰਨ ਦਾ ਰਾਜ ਆ ਇੱਥੇ। ਗਰੇਵਾਲ ਜੀ, ਵਿੱਚੋਂ ਟੋਕ ਕੇ ਤੁਸੀਂ ਕਹਿ ਰਹੇ ਕਾਨੂੰਨ ਦਾ ਰਾਜ ਹੈ, ਸਾਰੇ ਸਭ ਦਾ ਸਾਥ ਸਭ ਦਾ ਰਾਜ, ਬਿਲਕੁਲ ਸਹੀ ਗੱਲ ਹੈ, ਪਰ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਜਿਹੜਾ ਇਸ਼ੂ ਇਹ ਖੜਾ ਕੀਤਾ ਕਿ ਪਾਰਲੀਮੈਂਟ ਦੇ ਅੰਦਰ ਵੀ ਕਈ ਆਗੂ ਜਿਹੜੇ ਜਿੱਦਾਂ ਦੀ ਬਿਆਨਬਾਜ਼ੀ ਕਰਦੇ ਹੈ, ਜਿਸ ਤਰ੍ਹਾਂ ਦਾ ਦੂਜੇ ਧਰਮਾਂ ਬਾਰੇ ਕਮੈਂਟਸ ਕਰਦੇ ਆ, ਜਿਹੜੀ ਉਹ ਨੈਗੇਟਿਵ ਅਪਰੋਚ ਹੈ, ਉਹਦੇ 'ਤੇ ਨੱਥ ਕਿਉਂ ਨਹੀਂ ਪਾਈ ਜਾ ਰਹੀ? ਉਹ ਇਸ ਤਰ੍ਹਾਂ ਦੋ ਜਾਂ ਤਿੰਨ ਲੋਕ ਐਸੇ ਬਿਆਨ ਦਿੱਤੇ ਆ ਉਹਨਾਂ ਨੇ ਜੀ ਜੀ, ਉਹਨਾਂ ਨੂੰ ਕਈ ਵਾਰ ਕਹਿ ਵੀ ਦਿੱਤਾ ਗਿਆ,
ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ ਸਾਡੀ ਪਾਰਟੀ ਦਾ ਨੈਕਸਟ ਟਾਈਮ ਉਹਨਾਂ ਨੂੰ ਟਿਕਟ ਵੀ ਨਹੀਂ ਮਿਲਣਾ ਓਕੇ ਓਕੇ ਔਰ ਅਸੀਂ ਉਹਨਾਂ ਤੇ ਬੜੇ ਸਖਤ ਹਾਂ ਪਰ ਹੁਣ ਮੈਂ ਜਦੋਂ ਇਹ ਦੱਸਦਾ ਜੀ ਇਹ ਗੱਲ ਤਾਂ ਚੰਗੀ ਹੈ ਕਿ ਤੁਸੀਂ ਗੱਲ ਮੰਨੀ ਤਾਂ ਹੈ ਕਿ ਕੁਝ ਲੋਕ ਇਹੋ ਜਿਹੇ ਹੈਗੇ ਜਿਹੜੇ ਪਾਰਟੀ ਦੇ ਅੰਦਰ ਇਦਾਂ ਦੀਆਂ ਬਿਆਨਬਾਜ਼ੀਆਂ ਕਰ ਰਹੇ ਆ ਉਹ ਐਸੇ ਬੈਕਗ੍ਰਾਉਂਡ ਤੋਂ ਆਉਂਦੇ ਆ ਜੀ ਕਿ ਤੁਸੀਂ ਕੁਝ ਲੋਕਾਂ ਨੂੰ ਨਹੀਂ ਸੁਧਾਰ ਸਕਦੇ ਓਕੇ ਹਰ ਆਦਮੀ ਦੀ 540 ਦਾ ਹਾਊਸ ਆ ਔਰ ਉਹਦੇ 'ਚ ਹਰ ਕਿਸੇ ਦੀ ਇੰਨੀ ਟ੍ਰੇਨਿੰਗ ਨਹੀਂ ਹੁੰਦੀ ਅਪੋਜੀਸ਼ਨ ਦੇ ਵਿੱਚ ਵੀ ਇਸ ਤਰ੍ਹਾਂ ਦੇ ਲੋਕ ਨੇ ਬਹੁਤ ਕੁਝ ਬੋਲਦੇ ਆ ਬਾਕੀ ਥੋੜ੍ਹਾ ਜਿਹਾ ਸੱਚ ਹੋਰ ਬੋਲਦੇ ਜਦੋਂ ਬੋਲ ਹੀ ਦਿੱਤਾ ਉਹਨਾਂ ਨੂੰ ਟਿਕਟਾਂ ਦੇਣ ਵੇਲੇ ਕੁਆਲੀਫਿਕੇਸ਼ਨ ਇਹ ਸੀਗੀ ਕਿ ਉਹ ਆਰਐਸਐਸ ਦੇ ਕਿੰਨੇ ਸਖਤ ਵਰਕਰ ਹੈ ਤੁਸੀਂ ਉਹਦੇ 'ਚ ਬੈਠਦੇ ਹੋਵੋਗੇ ਕੋਰ ਕਮੇਟੀ 'ਚ ਉਹ ਨਹੀਂ ਗੱਲ ਹੈ ਇਹ ਜਿਹੜੀ ਪਾਰਟੀ 'ਚੋਂ ਆਏ ਨੇ ਪਹਿਲਾਂ ਆਮ ਆਦਮੀ 'ਚੋਂ ਉਹ ਤਾਂ ਕਾਨੂੰਨ ਵੀ ਖੁਦ ਨੇ ਜਾਂਚ ਏਜੰਸੀ ਵੀ ਖੁਦ ਨੇ ਔਰ ਅਦਾਲਤ ਵੀ ਖੁਦ ਨੇ ਉਹ ਕਿਸੇ ਕਾਨੂੰਨ ਨੂੰ ਨਹੀਂ ਮੰਨਦੇ ਔਰ ਮੈਂ ਸਮਝਦਾ ਕਿ ਉਹ ਜਿਹੜੀ ਭਾਸ਼ਾ ਬੋਲਦੇ ਨੇ ਉਹ ਭਾਸ਼ਾ ਵੀ ਇਸ ਕੰਟਰੀ ਦੀ ਨਹੀਂ ਹੈ ਇੱਕ ਸ਼ਹਿਰ ਦੀ ਉਹ ਪਾਰਟੀ ਹੈ ਆ ਕੇ ਇੱਥੇ ਪੰਜਾਬ ਨੂੰ ਵੀ ਖਰਾਬ ਕਰਨ ਲੱਗੇ ਹੋਏ ਓਕੇ ਓਕੇ ਤੁਹਾਨੂੰ ਲੱਗਦਾ ਪੰਜਾਬ 'ਚ ਇੰਟੋਲਰੈਂਸ ਉਹ ਫੈਲਾ ਰਿਹਾ ਦਲੀ ਸਰ ਜਦੋਂ ਆਪਾਂ ਗੱਲ ਕਰਦੇ ਹਾਂ ਸਹਿਨਸ਼ੀਲਤਾ ਦੇ ਮੁੱਦੇ ਦੇ ਉੱਤੇ ਖਾਸ ਤੌਰ 'ਤੇ ਮੈਨੂੰ ਇਹ ਹੈ ਕਿ ਤੁਸੀਂ ਨਿਆਂਪਾਲਿਕਾ ਦੇ ਨਾਲ ਵੀ ਬੜਾ ਜੁੜੇ ਵੀ ਹੋ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਇਹ ਗੱਲ ਕਮੈਂਟ ਕਰ ਰਹੇ ਕਿ ਵੀ ਇਸ ਮੁਲਕ ਦੇ ਅੰਦਰ ਅਸਹਿਣਸ਼ੀਲਤਾ ਦਾ ਇਸ਼ੂ ਜਿਹੜਾ ਹੈਗਾ ਨਿਆਂਪਾਲਿਕਾ ਇਸ ਨੂੰ ਉੱਭਰ ਨਹੀਂ ਦੇਗੀ ਆਉਣ ਨਹੀਂ ਦੇਗੀ ਇੱਕ ਤਰ੍ਹਾਂ ਮੁਲਕ ਦੇ ਲੋਕਾਂ ਨੂੰ ਜਿਹੜਾ ਭਰੋਸਾ ਪ੍ਰਾਈਮ ਮਿਨਿਸਟਰ ਵੱਲੋਂ ਜਾਂ ਜੋ ਪਿਛਲੇ ਦਿਨਾਂ 'ਚ ਮੁਲਕ ਦੇ ਰਾਸ਼ਟਰਪਤੀ ਨੇ ਜੋ ਗੱਲਾਂ ਕੀਤੀਆਂ ਕਿ ਗੰਦਗੀ ਜਿਹੜੀ ਹੈਗੀ ਆ ਉਹ ਸੜਕਾਂ 'ਤੇ ਨਹੀਂ ਗੰਦਗੀ ਸਾਡੇ ਮਨਾਂ 'ਤੇ ਸਾਡੇ ਦਿਮਾਗ ਦੇ ਵਿੱਚ ਹੈ ਜਦੋਂ ਜੋ ਰਾਸ਼ਟਰਪਤੀ ਦੇ ਜਿਹੜੇ ਕਮੈਂਟਸ ਹੈ ਉਸ ਤੋਂ ਬਾਅਦ ਜਿਹੜਾ ਸਾਡਾ ਸੁਪਰੀਮ ਕੋਰਟ ਜਿਹੜੀ ਸਰਵਉੱਚ ਨਿਆਂਪਾਲਿਕਾ ਉਹਦੇ ਕਮੈਂਟਸ ਹੈ ਉਸ ਤੋਂ ਲੱਗਦਾ ਨਹੀਂ ਕਿ ਮੁੱਦਾ ਬੜਾ ਸੀਰੀਅਸ ਹੈ ਇਸੇ ਕਰਕੇ ਚੀਫ ਜਸਟਿਸ ਨੇ ਨਵੇਂ ਚੀਫ ਜਸਟਿਸ ਨੇ ਜੀ ਸਭ ਤੋਂ ਪਹਿਲਾਂ ਆਪਣੀ ਕੁਰਸੀ ਸੰਭਾਲਦਿਆਂ ਇਸ ਗੱਲ ਸੰਬੰਧੀ ਜੋ ਸਾਈਕੋਫੀਅਰ ਦੀ ਕਲਾਈਮੇਟ ਹਿੰਦੁਸਤਾਨ 'ਚ ਕ੍ਰੀਏਟ ਕੀਤੀ ਜਾ ਗਈ ਕੀਤੀ ਪੈਦਾ ਹੋ ਗਈ ਸੀ ਜੀ ਉਸ ਨੂੰ ਕਲੀਅਰ ਕਰਨ ਵਾਸਤੇ ਗੱਲ ਕਹਿ ਦਿੱਤੀ ਕਿ ਜਿੱਥੋਂ ਤੱਕ ਨਿਆਂਪਾਲਿਕਾ ਦਾ ਸੰਬੰਧ ਹੈ ਇੱਥੇ ਅਸੀਂ ਰੂਲ ਆਫ ਲਾਅ ਦੇ ਮੁਤਾਬਕ ਚੱਲਾਂਗੇ ਕਿਸੇ ਵੀ ਕਿਸਮ ਦੇ ਇਜ਼ਮ ਜਾਂ ਦੂਜੀ ਤੀਜੀ ਗੱਲਬਾਤ ਨੂੰ ਅਸੀਂ ਧਿਆਨ ਵਿੱਚ ਨਹੀਂ ਰੱਖਾਂਗੇ ਅਤੇ ਸਾਡਾ ਜਿਹੜਾ ਕਾਂਸਟੀਟਿਊਸ਼ਨ ਹੈ ਉਹ ਟਾਲਰੈਂਸ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਕਾਂਸਟੀਟਿਊਸ਼ਨ ਵਿੱਚ ਜਿਹੜਾ ਸੈਕੂਲਰਿਜ਼ਮ ਦਾ ਪ੍ਰੀਐਂਬਲ ਵਿੱਚ ਲਫ਼ਜ਼ ਹੈ ਜਿਹਦੇ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਪਬਲਿਕਲੀ ਪਬਲਿਕਲੀ ਇਤਰਾਜ਼ ਹੈ ਜੇ ਉਹਨਾਂ ਨੂੰ ਇਸ ਗੱਲ 'ਤੇ ਇਤਰਾਜ਼ ਹੈ ਤਾਂ ਸਮਝ ਲਓ ਕਿ ਇਹ ਇਨਟਾਲਰੈਂਸ ਟੁਆਰਡਸ ਐਨੀ ਅਦਰ ਰਿਲੀਜਨ ਜਾਂ ਕਿਸੇ ਵੀ ਕਿਸਮ ਦੇ ਹੋਰ ਸੋਚ ਵਿਚਾਰ ਦੇ ਪ੍ਰਤੀ ਉਹਨਾਂ ਦੀ ਇਨਟਾਲਰੈਂਸ ਜਿਹੜੀ ਹੈ ਉਹ ਉਹਨਾਂ ਦੀ ਹਦੀਸ ਦੀ ਕਿਤਾਬ ਹੈ ਇਸ ਤੋਂ ਅੱਗੇ ਪਿੱਛੇ ਨਹੀਂ ਜਾ ਸਕਦੇ ਅਤੇ ਗਰੇਵਾਲ ਸਾਹਿਬ ਦਾ ਮੈਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਪਸ਼ਟ ਦੱਸ ਦਿੱਤਾ ਕਿ 2006 'ਚ ਜਿਹੜੀ ਕਿਤਾਬ ਲਿਖੀ ਗਈ ਸੀਗੀ ਉਹਦੇ ਮੁਤਾਬਕ ਹੀ ਸਰਕਾਰ ਚੱਲ ਰਹੀ ਹੈ ਅਤੇ ਉਹਦੇ ਮੁਤਾਬਕ ਹੀ ਚੱਲੇਗੀ ਜੀ 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 ਇਹਨਾਂ ਦਾ ਇੱਕ ਆਪਣਾ ਨਜ਼ਰੀਆ ਪ੍ਰੋਫੈਸਰ ਮਨਜੀਤ ਸਿੰਘ ਜਦੋਂ ਇਹਨਾਂ ਮੁੱਦਿਆਂ 'ਤੇ ਗੱਲ ਕਰਦੀ ਹੈ ਜਿੱਦਾਂ ਤੁਸੀਂ ਪਾਰਲੀਮੈਂਟ ਦੀ ਗੱਲ ਕੀਤੀ ਹੈ ਦੇਸ਼ ਦੇ ਰਾਸ਼ਟਰਪਤੀ ਦੀ ਗੱਲ ਕਰਦੇ ਹਾਂ ਆਪਾਂ ਨਿਆਂਪਾਲਿਕਾ ਦੀ ਗੱਲ ਕਰਦੇ ਹਾਂ ਕਿਤੇ ਇਹ ਨਹੀਂ ਨਜ਼ਰ ਆ ਰਿਹਾ ਜਿਹੜੀ ਪੋਲੀਟੀਕਲ ਵਿਲ ਜਿਹੜੀ ਹੈਗੀ ਹੈ ਕਿ ਰਾਜਸੀ ਇੱਛਾ ਹੋਣੀ ਚਾਹੀਦੀ ਹੈ ਇਹੋ ਜਿਹੀ ਗੰਦਗੀ ਸਾਫ਼ ਕਰਨ ਦੇ ਖਿਲਾਫ਼ ਜਾਂ ਉਹਦੇ ਖਿਲਾਫ਼ ਲੜਨ ਦੇ ਲਈ ਕਿਤੇ ਉਹ ਇੱਛਾ ਸ਼ਕਤੀ ਦੀ ਮੁਲਕ 'ਚ ਘਾਟ ਨਜ਼ਰ ਆ ਰਹੀ ਹੈ ਚਾਹੇ ਹਿੰਦੁਸਤਾਨ ਹੈ ਚਾਹੇ ਪੰਜਾਬ ਹੈ ਇਹਦੇ ਸਾਫ਼ ਹੀ ਨਜ਼ਰ ਆਉਂਦਾ ਜੇ ਕੋਰਟ ਇਹ ਬਿਲਕੁਲ ਠੀਕ ਹੈ ਇਹ ਐਮਫੇਸਾਈਜ਼ ਕਰਨਾ ਚਾਹੀਦਾ ਜੇ ਕੋਰਟ ਨੂੰ ਇੰਟਰਵੀਨ ਕਰਨਾ ਪਿਆ ਇਹਦਾ ਮਤਲਬ ਹੈ ਕਿ ਗੌਰਮੈਂਟ ਆਪਣਾ ਫਰਜ਼ ਨਹੀਂ ਨਿਭਾ ਰਹੀ ਮਿਨੋਰਟੀ ਦੇ ਪ੍ਰਤੀ ਔਰ ਉਹ ਸ਼ਾਵਿਨਿਜ਼ਮ ਫੈਲਾ ਰਹੀ ਹੈ ਕਿਸੇ ਕਿਸਮ ਦੀ ਲੋਕਾਂ 'ਚ ਇਨਸਿਕਿਉਰਿਟੀ ਇਹੋ ਜਿਹੀ ਭਾਵਨਾ ਆ ਰਹੀ ਹੈ ਕਿ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਇਸੇ ਤਰ੍ਹਾਂ ਸਾਡੇ ਰਾਸ਼ਟਰਪਤੀ ਨੇ 4 ਵਾਰੀ ਪਬਲਿਕ ਐਡਰੈਸਿਸ ਦੇ ਵਿੱਚ ਇਹ ਪੁਆਇੰਟ ਆਊਟ ਕੀਤਾ ਕਿ ਬਾਜ ਆ ਜਾਓ ਇਹ ਗੱਲ ਠੀਕ ਨਹੀਂ ਹੈ ਉਸ ਨੂੰ ਕੋਰਟ ਇਹਨਾਂ ਨੇ ਵੀ ਕੀਤਾ ਪ੍ਰਾਈਮ ਮਿਨਿਸਟਰ ਨੇ ਵੀ ਕੋਟ ਕੀਤਾ ਕਿ ਮੈਂ ਉਹਨਾਂ ਦੇ ਭਾਸ਼ਣ ਦੇ ਨਾਲ ਸਹਿਮਤ ਹਾਂ ਫਿਰ ਇਹਦਾ ਮਤਲਬ ਰੌਲਾ ਇਹਦਾ ਮਤਲਬ ਪ੍ਰਾਈਮ ਮਿਨਿਸਟਰ ਵੀ ਬੇਵੱਸ ਆ ਪ੍ਰਾਈਮ ਮਿਨਿਸਟਰ ਇੱਕ ਪਾਸੇ ਰਾਸ਼ਟਰਪਤੀ ਦੇ ਭਾਸ਼ਣ ਦੇ ਨਾਲ ਸਹਿਮਤ ਹੁੰਦਾ ਜਿਹੜਾ ਸੈਕੂਲਰਿਜ਼ਮ ਦੇ ਉੱਤੇ ਐਮਫੈਸਿਸ ਦਿੰਦਾ ਆ ਔਰ ਇਹੋ ਜਿਹੀਆਂ ਗੱਲਾਂ ਸਾਰੀਆਂ ਉਹ ਉਭਾਰ ਕੇ ਲਿਆਉਂਦਾ ਕਿ ਇਹੋ ਜਿਹਾ ਨਾ ਕਰੀਏ ਦੂਜੇ ਪਾਸੇ ਉਹ ਫਿਰ ਜਿਹੜੇ ਬੰਦੇ ਇਹੋ ਜਿਹੀਆਂ ਕਮਿਊਨਲ ਭਾਵਨਾ ਫੈਲਾਉਂਦੇ ਆ ਉਹਨਾਂ ਨੂੰ ਕੁਛ ਕਹਿਣ 'ਚ ਅਸਮਰਥ ਆ ਇਹਦਾ ਮਤਲਬ ਉਹਦੇ 'ਤੇ ਵੀ ਕੋਈ ਗਲਬਾ ਆਰਐਸਐਸ ਦਾ ਹੈ ਜਿਹੜੀ ਜੀ 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 ਅਸੀਂ ਗਰੇਵਾਲ ਜੀ ਤੋਂ ਜਾਣਨਾ ਗਰੇਵਾਲ ਜੀ ਜਿੱਦਾਂ ਇਹਨਾਂ ਦਾ ਕਹਿਣਾ ਕਿ ਜਿਹੜਾ ਜੋ ਰਾਸ਼ਟਰਪਤੀ ਜੋ ਭਾਸ਼ਣ ਦਿੰਦਾ ਹੈ ਇੱਕ ਤਰ੍ਹਾਂ ਦਾ ਉਹ ਸਰਕਾਰ ਦਾ ਫੇਸ ਹੁੰਦਾ ਹੈ ਜੋ ਭਾਸ਼ਣ ਪੜਿਆ ਜਾਂਦਾ ਉਹ ਹੀ ਹੁੰਦਾ ਜੋ ਸਰਕਾਰ ਉਸਨੂੰ ਲਿਖ ਕੇ ਦਿੰਦੀ ਹੈ ਉਹਦੀ ਸੋਚ ਹੁੰਦੀ ਹੈ ਰਾਸ਼ਟਰਪਤੀ ਦੀ ਆਪਣੀ ਸੋਚ ਨਹੀਂ ਸਰਕਾਰ ਦੀ ਪੂਰੀ ਸੋਚ ਹੁੰਦੀ ਹੈ ਜੋ ਮੁਲਕ ਦਾ ਰਾਸ਼ਟਰਪਤੀ ਇਹ ਗੱਲ ਕਰੇ ਪ੍ਰੋਫੈਸਰ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਵੀ ਪ੍ਰਾਈਮ ਮਿਨਿਸਟਰ ਦੇ ਬਸ ਦੀ ਗੱਲ ਹੀ ਨਹੀਂ ਹੈਗਾ ਕਿ ਇਦਾਂ ਦੇ ਤੱਤਾਂ 'ਤੇ ਨੱਥ ਪਾ ਸਕੇ ਸਾਡੀ ਸਰਕਾਰ ਬਹੁਤ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ ਇਹਦੇ ਤਾਂ ਕੋਈ ਸ਼ੱਕ ਨਹੀਂ ਇਹਨਾਂ ਨੂੰ ਸਰਕਾਰ ਚੱਲ ਰਹੀ ਹੈ ਗੱਲ ਮੁੱਦਿਆਂ 'ਤੇ ਇਹਨਾਂ ਨੂੰ ਗਲਤ ਫਹਿਮੀ ਆ ਔਰ ਨਾ ਹੀ ਕੋਈ ਐਸਾ ਮੁੱਦਾ ਚੀਫ ਜਸਟਿਸ ਨੇ ਜੋ ਕਿਹਾ ਉਸਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਰਾਸ਼ਟਰਪਤੀ ਨੇ ਕਿਹਾ ਕਿ ਇਨਟੋਲਰੈਂਸ ਵਾਲੀ ਜੈਸੀ ਕੋਈ ਗੱਲ ਨਹੀਂ ਹੈ ਕਾਨੂੰਨ ਦਾ ਰਾਜ
ਤੇ ਉਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ। ਉਹ ਇਸ ਕਰਕੇ ਪੋਲੀਟੀਸ਼ੀਅਨ ਦਾ ਮੁੱਦਾ, ਕੁਛ ਲੋਕ ਗਲਤ ਫਹਿਮੀਆਂ ਪੈਦਾ ਕਰ ਰਹੇ ਨੇ, ਉਹਨਾਂ ਨੇ ਇਹ ਕਿਹਾ ਕੁਛ ਪੋਲੀਟੀਸ਼ੀਅਨ ਆਪਣੇ ਹਿੱਤ ਸਾਧਨ ਦੇ ਲਈ ਤੇ ਸਰਕਾਰ ਨੂੰ ਬਦਨਾਮ ਕਰ ਰਹੇ ਨੇ ਇਸ ਕਰਕੇ, ਕਿਉਂਕਿ ਉਹਨਾਂ ਦਾ ਸੱਤਾ ਚਲੀ ਗਈ ਹੈ ਤੇ ਦੁਬਾਰਾ ਆਉਣ ਦੀ ਉਮੀਦ ਕੋਈ ਨਹੀਂ ਲੋਕਾਂ ਨੇ ਇਨਕਾਰ ਤੇ, ਤੇ ਉਹ ਕਿਸੇ ਵੀ ਤਰ੍ਹਾਂ ਆਪਾਂ ਇਮਾਨਦਾਰੀ ਨਾਲ ਗੱਲ ਕਰੀਏ, ਘਰ ਵਾਪਸੀ ਪੰਜਾਬ ਦੇ ਵਿੱਚ ਜਿਹੜੇ ਫੰਕਸ਼ਨ ਰੱਖੇ ਸੀ ਕੀ ਉਹਦੀ ਲੋੜ ਸੀਗੀ? ਜਿਹਨੇ ਜੋ ਵੀ ਜਿਹੜਾ ਧਰਮ ਜਿਹਨੇ ਕਰਨਾ ਉਹ ਕਰੀ ਜਾਵੇ, ਲੋਕ ਕਰੀ ਜਾਂਦੇ, ਜਿਹਨੇ ਕਨਵਰਟ ਹੋਣਾ ਹੋਈ ਜਾਵੇ, ਪਬਲਿਕਲੀ ਵੱਡੇ ਵੱਡੇ ਫੰਕਸ਼ਨ ਕਰਕੇ ਇਹੋ ਜਿਹੀ ਲੋਕਾਂ 'ਚ ਭਾਵਨਾ ਫੈਲਾਉਣੀ ਕਿ ਅਸੀਂ ਉਹਨੇ ਰੀਕਨਵਰਟ ਕਰਨਾ। ਸਰਕਾਰ ਨੇ ਕੀਤਾ? ਨਹੀਂ ਨਹੀਂ, ਜਿਹੜੀ ਪਾਰਟੀ ਕਰ ਰਹੀ ਉਹਨੂੰ ਰੋਕਣਾ ਚਾਹੀਦਾ, ਉਹਨੂੰ ਸਰ ਰੋਕਣਾ ਚਾਹੀਦਾ, ਬੈਨ ਲਾਉਣਾ ਚਾਹੀਦਾ ਇਹੋ ਜਿਹੀਆਂ ਗੱਲਾਂ 'ਤੇ। ਹੁਣ ਵਕਤ ਹੈ ਕਿ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਇਹਨਾਂ ਮੁੱਦਿਆਂ 'ਤੇ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਮੁੜ ਚਰਚਾ ਕਰਾਂਗੇ। ਗਲੋਬਲ ਪੰਜਾਬ ਟੀ ਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਨਲੀ ਜੀ, ਬ੍ਰੇਕ ਤੋਂ ਪਹਿਲਾਂ ਜਿੱਦਾਂ ਪ੍ਰੋਫੈਸਰ ਮਨਜੀਤ ਸਿੰਘ ਨੇ ਖਾਸ ਤੌਰ 'ਤੇ ਮੁੱਦਾ ਉਠਾਇਆ ਸੀ ਕਰ ਵਾਪਸੀ ਦਾ, ਇਹਨੂੰ ਲੈ ਕੇ ਕਾਫੀ ਜ਼ਿਆਦਾ ਮੁਲਕ ਦੇ ਵੱਖ ਵੱਖ ਹਿੱਸਿਆਂ ਦੇ ਅੰਦਰ, ਸਟੇਟਸ ਦੇ ਅੰਦਰ ਜਿਹੜੇ ਵਿਵਾਦ ਖੜ੍ਹੇ ਹੋਏ, ਇਸ ਮੁੱਦੇ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਵੀ ਜਿਹੜਾ ਕਰ ਵਾਪਸੀ ਦਾ ਮੁੱਦਾ ਹੈ ਜੀ, ਹਿੰਦੁਸਤਾਨ 1947 'ਚ ਆਜ਼ਾਦ ਹੋ ਗਿਆ, 1947 ਤੋਂ ਲੱਗ ਕੇ ਅੱਜ ਤੀਕਰ ਜੀ ਜੀ ਸਮੇਤ ਵਾਜਪੇਈ ਸਾਹਿਬ ਦੇ ਰਾਜ ਦੇ ਉਸ ਵਕਤ ਕਿਉਂ ਨਹੀਂ ਉਠਾਇਆ ਗਿਆ, ਅੱਜ ਕਿਉਂ ਉਠਾਇਆ ਗਿਆ? ਕੀ ਕਾਂਗਰਸ ਸਰਕਾਰ ਦੇ ਵਿੱਚ ਉਹ ਡਰਦੇ ਸਨ ਕਿ ਜੇ ਅਸੀਂ ਘਰ ਵਾਪਸੀ ਦਾ ਮੁੱਦਾ ਉਠਾਇਆ ਤਾਂ ਇਸ ਗੱਲ ਉੱਤੇ ਸਾਨੂੰ ਕਾਨੂੰਨ ਆਪਣੇ ਘੇਰੇ ਵਿੱਚ ਲਏਗਾ? ਹਾਂਜੀ ਜੀ। ਔਰ ਅਗਲੀ ਗੱਲ ਮੈਂ ਕਹਿਣੀ ਚਾਹਾਂਗਾ ਉਸ ਕੰਟੈਕਸਟ ਵਿੱਚੋਂ ਜੀ ਜੀ, ਕਿ ਬਈ ਅਸੀਂ ਜਦੋਂ ਸਾਡੇ ਉੱਤੇ ਮੁਗਲਾਂ ਦੇ ਹਮਲੇ ਹੋਏ ਅਤੇ ਸਾਡੀ ਕਨਵਰਸ਼ਨ ਹੋਈ ਬਹੁਤ ਵੱਡੀ ਗਿਣਤੀ 'ਚ, ਉਦੋਂ ਅਸੀਂ ਜੋ ਵੀ ਸਾਂ ਅਸੀਂ ਕਿੱਥੇ ਸਾਂ, ਅਸੀਂ ਕਿਉਂ ਕਨਵਰਟ ਹੋਏ, ਕਿਉਂ ਨਹੀਂ ਉਸ ਵਕਤ ਰਜਿਸਟ ਕੀਤਾ? ਰਜਿਸਟ ਕੀਤਾ ਪੰਜਾਬ ਨੇ, ਇਸ ਗੱਲ ਨੂੰ ਮੋੜਾ ਪਾਇਆ ਗੁਰੂ ਗੋਬਿੰਦ ਸਿੰਘ ਨੇ, ਗੁਰੂ ਨਾਨਕ ਦੇਵ ਨੇ ਇਸ ਗੱਲ ਦੇ ਵਿਰੁੱਧ ਰਿਵੋਲਟ ਕੀਤਾ, ਅਸੀਂ ਉਸ ਵਕਤ ਕਿੱਥੇ ਸਾਂ? ਅੱਜ ਸਾਨੂੰ ਇਹ ਚੇਤਾ ਕਿਉਂ ਆ ਗਿਆ, ਕਿਉਂ ਅੱਜ ਤੀਕਰ ਅਸੀਂ ਸੁੱਤੇ ਰਹੇ? ਹਾਂਜੀ, ਇਹ ਸਾਡੇ ਮੇਰੇ ਖਿਆਲ ਜਦੋਂ ਅਸੀਂ ਘਰ ਵਾਪਸੀ ਦੀ ਗੱਲ ਕਰਦੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਜਾਂ ਜਿਹੜੇ ਗੁਰੂਆਂ ਦੀਆਂ ਜਿਹੜੀਆਂ ਕੁਰਬਾਨੀਆਂ ਜਾਂ ਉਸ ਵੇਲੇ ਜਿਹੜੇ ਸਿੱਖਸ ਜਿਹੜੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਉਹਨਾਂ ਦੀ ਵਡਿਆਈ ਨਹੀਂ ਕੋਈ ਕਰਦਾ? ਵਡਿਆਈ ਕਰਨੀ ਦਿੱਕਤ ਇਹ ਕਿ ਮੈਂ ਕਹਿੰਦਾ ਵੀ ਉਹਨਾਂ ਨੂੰ ਤਾਂ ਕੋਈ ਗੱਲ ਨਹੀਂ ਯਾਦ ਨਹੀਂ ਗੀ ਜੀ, ਸਵਾਲ ਤਾਂ ਗੱਲ ਦਾ ਇਹ ਆ ਕਿ ਵੀ ਅਸੀਂ ਉਸ ਵਕਤ ਕਿੱਥੇ ਸਾਂ? ਅੱਜ ਅਸੀਂ ਸ਼ੇਰ ਬਣੇ ਬੈਠੇ ਹਾਂ, ਸਾਡੀ ਅੱਜ ਸਰਕਾਰ ਹੈ ਤਾਂ ਕਰਕੇ ਅਸੀਂ ਦਹਾੜਨੇ ਹਾਂ। ਜਦੋਂ ਸਾਡੀ ਸਰਕਾਰ ਨਹੀਂ ਸੀਗੀ, ਈਵਨ ਵਾਜਪੇਈ ਵੀ ਮੈਂ ਕਹਿੰਦਾ ਸੀ ਟਾਲਰੈਂਟ ਹੈ, ਵਾਜਪੇਈ ਦੇ ਟਾਈਮ ਦੇ ਉੱਤੇ ਕਦੀ ਇਹ ਇਸ਼ੂ ਰੇਜ਼ ਨਹੀਂ ਹੋਇਆ, ਕਦੀ ਲੇਖਕਾਂ ਨੂੰ ਅਵਾਰਡ ਵਾਪਸ ਕਰਨ ਦੀ ਲੋੜ ਨਹੀਂ ਮਹਿਸੂਸ ਹੋਈ। ਦਿਸ ਇਜ਼ ਦੀ ਗਵਰਨਮੈਂਟ ਵਿਚ ਇਜ਼ ਐਨਕਰੇਜਿੰਗ ਹਿਡਨ। ਓਕੇ ਪ੍ਰਸ਼ਨ ਜੀ, ਸੀ ਮੈਂ ਆਉਣਾ ਤੁਹਾਡੇ ਕੋਲ, ਗਰੇਵਲ ਜੀ ਪਹਿਲਾਂ ਤੁਹਾਡੇ ਕੋਲੋਂ ਅਸੀਂ ਜਾਣਨਾ ਚਾਹੁੰਦੇ ਹਾਂ, ਜੋ ਗੱਲ ਕਰਦੇ ਕਿ ਜਿਹੜੀ ਇਹ ਇਨਟੋਲਰੈਂਸ ਦਾ ਇਸ਼ੂ ਹੈ, ਖਾਸ ਤੌਰ 'ਤੇ ਹੁਣੀ ਮੋਦੀ ਵੇਲੇ ਉੱਠਿਆ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਲੇਖਕਾਂ ਨੇ ਅਵਾਰਡ ਵਾਪਸ ਕੀਤੇ, ਇਤਿਹਾਸਕਾਰਾਂ ਨੇ ਕੀਤੇ, ਬੁੱਧੀਜੀਵੀਆਂ ਨੇ ਕੀਤੇ, ਬਾਲੀਵੁੱਡ ਦੇ ਕਲਾਕਾਰਾਂ ਨੇ ਕੀਤੇ, ਵੀ ਹੁਣੀ ਇਹ ਕਿਉਂ ਮੁੱਦਾ ਇੱਦਾਂ ਸਾਹਮਣੇ ਉੱਭਰ ਕੇ ਕਿਉਂ ਆ ਰਿਹਾ ਬਾਰ ਬਾਰ? ਕੁਛ ਲੋਕਾਂ ਦੀ ਤਰਫੋਂ ਜਾਣ ਬੁੱਝ ਕੇ ਉਠਾਇਆ ਗਿਆ ਮੁੱਦਾ, ਜਾਣ ਬੁੱਝ ਕੇ ਉਠਾਇਆ ਗਿਆ, ਕੋਈ ਇਸ 'ਚ ਐਸੀ ਪ੍ਰੋਬਲਮ ਨਹੀਂ ਸੀ ਜੀ। ਇਹ ਉਹਨਾਂ ਲੋਕਾਂ ਦੀ ਤਰਫੋਂ ਉਠਾਇਆ ਗਿਆ ਜੋ ਉਹ ਜਿਨ੍ਹਾਂ ਦਾ ਵਿਚਾਰ ਇਸ ਟਾਈਮ ਡਿਫੀਟ ਹੋ ਰਿਹਾ, ਓਕੇ, ਅਤੇ ਉਹ ਉਸ ਸਹਿਣ ਨਹੀਂ ਕਰ ਪਾ ਰਹੇ, ਇਨਟੋਲਰੈਂਸ ਉਹਨਾਂ ਲਈ ਹੈ, ਅਤੇ ਉਹ ਜਾਣ ਬੁੱਝ ਕੇ ਇਹ ਗੱਲਾਂ ਉਠਾ ਰਹੇ ਨੇ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਹੁਣ ਨਲਵੀ ਸਾਹਿਬ ਗਰੇਵਾਲ ਜੀ, ਲੇਖਕ ਜਿਹੜੇ ਹੈਗੇ ਆ ਉਹ ਤਾਂ ਨਾ ਤਾਂ ਕਿਸੇ ਇੱਕ ਜ਼ੁਬਾਨ ਨਾਲ ਜੁੜੇ ਹੋਏ ਆ, ਨਾ ਕਿਸੇ ਧਰਮ ਨਾਲ, ਨਾ ਕਿਸੇ ਪੋਲੀਟੀਕਲ ਪਾਰਟੀ ਨਾਲ, ਕੋਈ ਕੰਨੜ 'ਚ ਬੈਠਾ, ਕੋਈ ਬੰਗਾਲ 'ਚ ਬੈਠਾ, ਕੋਈ ਪੰਜਾਬ 'ਚ ਬੈਠਾ, ਕੋਈ ਉੱਤਰਾਖੰਡ 'ਚ ਬੈਠਾ। ਬਹੁਤ ਸਾਰੇ ਲੇਖਕ ਜਿਹੜੇ ਆ ਕਮਿਊਨਿਸਟ ਵਿਚਾਰਧਾਰਾ ਨਾਲ ਜੁੜੇ ਹੋਏ ਆ ਜੀ, ਔਰ ਬਹੁਤ ਸਾਰੇ ਲੇਖਕ ਜਿਹੜੇ ਆ ਇੱਕ ਹੋਰ ਅਲੱਗ ਵਿਚਾਰਧਾਰਾ ਉਹਦੇ ਨਾਲ ਜੁੜੇ ਹੋਏ ਆ, ਇਸ ਕਰਕੇ ਇਹ ਨਾ ਸਮਝੋ ਕਿ ਉਹ ਬਿਲਕੁਲ ਸਾਫ਼ ਸੁਥਰੇ ਔਰ ਉਹ ਸਹੀ ਮੁੱਦਾ ਉਠਾ ਰਹੇ। ਓਕੇ, ਤੁਹਾਨੂੰ ਲੱਗਦਾ ਕਿ ਸਾਰਾ ਕੁਝ ਜਾਣ ਬੁੱਝ ਕੇ ਕੀਤਾ ਜਾ ਰਿਹਾ? ਜਾਣ ਬੁੱਝ ਕੇ ਯੋਜਨਾ ਨਾਲ ਕੀਤਾ ਜਾ ਰਿਹਾ ਜੀ ਜੀ, ਸਰਕਾਰ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ, ਦੇਸ਼ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ, ਨਹੀਂ ਤਾਂ ਇਹ ਇਸ ਤੋਂ ਪਹਿਲਾਂ ਘਟਨਾਵਾਂ ਨਹੀਂ ਹੋਈਆਂ, ਇਸ ਤੋਂ ਪਹਿਲਾਂ ਬਹੁਤ ਬੜੀਆਂ ਹੋਈਆਂ, ਦੰਗੇ ਸਭ ਤੋਂ ਜ਼ਿਆਦਾ ਕਾਂਗਰਸ ਦੇ ਰਾਜ 'ਚ ਹੋਏ, ਸਾਡੀਆਂ ਜਿਹੜੇ ਬੀਜੇਪੀ ਦੇ ਰਾਜ ਨੇ ਉਹਨਾਂ 'ਚ ਤਾਂ ਦੰਗੇ ਹੀ ਨਹੀਂ ਹੋਏ ਉਸ ਤਰ੍ਹਾਂ ਦੇ, ਔਰ ਉਸ ਤੋਂ ਬਾਅਦ ਇਹ ਲੋਕ ਜਿਹੜੇ ਅੱਜ ਗੱਲਾਂ ਕਰਦੇ ਨੇ। ਨਲਵੀ ਸਾਹਿਬ ਵੀ ਹੁਣੇ ਕਹਿ ਰਹੇ ਸੀ ਕਿ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਰੋਕਿਆ, ਅਸੀਂ ਮੰਨਦੇ ਹਾਂ ਉਹਨਾਂ ਨੇ ਰੋਕਿਆ,
उन्होंने संघर्ष किया, पर गुरु गोबिंद सिंह जी भी जदों सिरजना की खालसा की उस तो पहला गोबिंद राय से, ये सारे एको ही नहीं, पर वो तो नहीं कहते, पर वो तो कहते हैं भी सवाल है कि वो लड़ाई जी लड़ी गई उस वे उसकी वडियाई की गल करते हैं कि जो दौर से उस दौर लोगों ने लड़िया बिल्कुल संघर्ष किया असं उस मनते हैं। महाराजा रणजीत सिंह ने भी किया, गुरु नानक देव ने भी बाबर के टाइम से किया जी जी ते उस कहते भी आप उदो कर रहे जो केंद्र मोदी की सरकार नहीं, नहीं इस वे उस तरह का संघर्ष नहीं है जी, इस वे तो असं आपस एक दूजे ने कर लगे हुए हैं, वह नहीं है गल हूँ, इस वे कोई खतरा नहीं सानू जी जी। और मैं ये समझदा कि सानू विकास के रस्ते जाना चाहिए, एजुकेशन सुधार करना चाहिए। ठीक है गरीबा जी, प्रोफेसर मनजीत सिंह मैं इस मुद्दे से बड़ा सेंसिटिव मुद्दा मैं स्पेसिफिक क्वेश्चन ये करना चाहूँगा, इन्होंने गल की है कि जो लेखक है इतिहासकार है बुद्धिजीवी है वो खास तौर पर कम्युनिस्टां दे एक ग्रुप नाल एक खास फिलोसफी नाल जुड़े हुए है जिहड़े कि सरकार नूं बदनाम करना चाहते हैं। इहदा एक बहुत वड्डा क्वेश्चन यह खड़ा हो गया कि इन्हें लंबे समय तो जिहड़े अवार्ड एडे एडे रुतबे जिहड़े होर फीते जिहड़े हैगे मिले है वो सारा कुछ ही अपने आप च क्वेश्चन मार्क लग गया इस गल नाल। कितें कम्युनिस्टां दी गवर्नमेंट ने नहीं दित्ते, कम्युनिस्टां नूं किवें मिल गए वो, तो जिहड़े बंदियां दी इत्थे दे नहीं जिहड़े अबरॉड दे मिले आ वह इतने इतने के कम्युनिस्टों को अवार्ड देंगे जोड़े उन्होंने अबरॉड अवार्ड मिले आ, ये तो एवें हासू ही नहीं गल आ। और मैनू लगता कि ये जोड़े गौरमेंट वालों दिते हुए अवार्ड आ खुद उन्होंने मूँह के चपेड़ मार रहे, गौरमेंटा की ही मूँह के चपेड़ मार रहे, जोड़े साहित्यकार है उन्होंने मूँह से नहीं लग रही, वो कहते अवार्ड मंगन गए से भी सानू अवार्ड दो, जे वो वापस कर रहे तो वो ये कह रहे कि वो गौरमेंट जी अज की गौरमेंट आ एक ऐस किस्म की आइडियालॉजी भेज चुकी है, उल्ट गल भेज चुकी है कि साढ़े तो बर्दाश्त नहीं होंगी, नहीं तो साइंटिस्ट तो साइंटिस्ट आ, वो किसी आइडियालॉजी नाल नहीं है, उन्होंने क्यों एक्टर कोई किसी आइडियालॉजी के नाल नहीं है, वो एक अपना कलाकार है जिन्ने भी क्रिएटिव बंदे। मैं एक गल पूछा तो जो कुलबर्गी की डैथ हुई उन्होंने मारिया गया घरों बुला के मारिया गया, उदो पहला पंसारे की किया गौरमेंट ने कुछ नहीं किया, जिहड़ी उत्थे साहित्य अकैडमी उन्होंने जिथों जिथों उन्होंने अवार्ड मिले होंगे उन्होंने एक शोक सभा तक नहीं की, उन्होंने कोई इनक्वायरी नहीं की। इस करके लोगों ने सारे लोगों ने इनिया इनिया गल्लां देख के जो दिल्ली के अंदर चर्च टुटे आ और जो इतने ओबामा आया ओबामा कह के गया तुम बाज आ जाओ ताडे सहनशीलता एक महीने दिल्ली कर्नाटक साहित्य अकादमी है वो कांग्रेस दे अंडर सर सर दिल्ली की साहित्य अकादमी की असं गल कर रहे हैं। मैं ये कहना उत्थे साहित्य अकादमी एक ऑटोनमस बॉडी है लगता है जान बुझ के व्यू पॉइंट जो आ गया लेबल लाना चाहते हैं। मैं एक गल जरूर लास्ट कह देनी चाहना हाँ जिन्हें राइटर आ राइटर ही ता आ क्योंकि वह क्रिएटिव आ कलाकार है और उन्होंने कलाकारी की रेकोगनीशन है, तुम तो बेइज्जती कर रहे हैं सारे साहित्यकार। ओके ग्रेवल जी मैं जिस मुद्दे से थोड़े वाल आना मैं नलवीर साहब मैं इस मुद्दे से भी गल तो शेयर करनी चाहना जी गल करते हैं लेखकों की जो मैं गल अज की करा कि पोलीटिकल सिस्टम के अंदर भी इनटॉलरेंस जी है इन्नी ज़्यादा बढ़ गई है अज जी है कंट्री की पार्लीमेंट ठप पई है कि वजह करके कि जी कांग्रेस की प्रेजिडेंट है वो केस जो कांग्रेस का युवा नेता वो केस नैशनल हैड का उन्होंने कहना कि पुराने केस लभ के साढ़े इतने जोड़े के केस चलाए गए हैं पार्लीमेंट का पूरा सैशन कल भी तो अज भी इन्हों मुद्दों लैके ठप की लगता नहीं कि मुल्क के अंदर पोलीटिकल तौर पर भी इनटॉलरेंस एक दूजे को जी है बर्दाश्त नहीं हो रही। इस तरह इसे कांग्रेस ने अज जो कर रहे हैं जी इन्होंने उस वे इंदिरा जी के खिलाफ जो जजमेंट आई जी जी इन्होंने एमरजेंसी लगाई डेमोक्रेसी का दी हत्या की अज फिर यही कांग्रेस द्वारा जे कानून अपना काम कर रहा है ओके कोई बीजेपी जा अकाली दल जा कोई होर ऐसी पार्टी नहीं कर रही कानून अपना काम कर रहा है अदालतां कर रही जी जी अदालत जाके अपना पक्ष रखन उन्होंने एडवोकेट भी ने सब है ते वो पार्लीमेंट नूं चलन ओके तो लगता है कि कानून मुताबिक जो सही हो रहा है। ओके ओके थैंक यू वेरी मच नलवी साहब इस मुद्दे से तुसी कुछ कहना चाहते हो। मैं एक गल कहनी चाहांगा जी कि राइटर्स ने जेडे जेडे राइटर्स ने अपने अवार्ड मोड़े ने उन्हां दी इस गल नूं सानूं समझना चाहिए है कि एक क्रिएटिव बंदे ने जो कुछ भी अपनी किरतां करके सारी जिंदगी अपना खून पसीने की कमाई लाके जिहड़ी लाइफ टाइम अचीवमेंट प्राप्त की है जदों वह बंदा उस नूं वापस करता है तो जो कुछ उन्हें महसूस होता है वो उही जानता है उही समझ सकता है उन्दा कि वह किन्ने हैवी मन कह सक इस गल नूं कह रहा है वापस कर रहा है कि कल नूं वह अपने नाम के नाल जिहड़ा उन्हें टाइटल मिलिया है वह नहीं ला सके जी जी है जी और उही सब तो उहदी वड्डी पहचान है सब जी जी तो लगदा कि बिल्कुल वाजिब जड़ी साइंटिस्ट पीएम भार्गव वर्गे
ਜਿਹੜੇ ਕਿ ਜਿਹੜੇ ਉਹਨਾਂ ਦੇ ਸਾਇੰਟੀਫਿਕ ਐਡਵਾਈਜ਼ਰੀ ਕੌਂਸਲ ਦੇ ਐਮੀਨੈਂਟ ਮੈਂਬਰ ਹੈ ਪ੍ਰਾਈਮ ਮਿਨਿਸਟਰ ਦੇ, ਮਤਲਬ ਤੁਸੀਂ ਹਰ ਗੱਲ ਨੂੰ ਇੱਕ ਬ੍ਰਸ਼ ਨਾਲ ਇੱਕਦਮ ਕਹਿਤਾ ਕਿ ਨਹੀਂ ਜੀ ਉਹ ਤਾਂ ਆਈਡੀਆਲੋਜੀਕਲੀ ਓਰੀਐਂਟਡ ਆ, ਇਸ ਕਰਕੇ ਉਹ ਆਈਡੀਆਲੋਜੀਕਲ ਬੈਟਲ ਲੜ ਰਹੇ ਆ, ਬਿਲਕੁਲ ਗਲਤ ਗੱਲ ਹੈ, ਇਹ ਸਾਰਿਆਂ ਨੂੰ ਬੜਾ ਬੇਇੱਜ਼ਤ ਕਰਨ ਵਾਲੀ ਗੱਲ ਹੈ। ਦੂਜੀ ਜਿਹੜਾ ਸਵਾਲ ਤੁਸੀਂ ਰੇਜ਼ ਕੀਤਾ ਪਾਰਲੀਮੈਂਟ ਦੇ ਅੰਦਰ ਵਾਲਾ, ਬਿਲਕੁਲ ਬਹੁਤ ਇੰਪੋਰਟੈਂਟ ਸਵਾਲ ਹੈ। ਇਹਨਾਂ ਨੇ ਕੰਡੇ ਬੀਜੇ ਸੀ ਜਦੋਂ ਯੂਪੀਏ ਦੀ ਗੌਰਮੈਂਟ ਸੀਗੀ, ਇਹਨਾਂ ਨੇ ਕਈ ਮਹੀਨਿਆਂ ਬੱਧੀ ਪਾਰਲੀਮੈਂਟ ਨੂੰ ਨਹੀਂ ਸੀ ਚੱਲਣ ਦਿੱਤਾ। ਮੈਂ ਇਹ ਕਹਿੰਦਾ ਇਹ ਬੜੀ ਹੀ ਲੋਕਾਂ ਦੇ ਨਾਲ ਇੱਕ ਕਿਸਮ ਦੀ ਧੋਖਾਧੜੀ ਵਾਲੀ ਗੱਲ ਆ, ਇਹ ਲੋਕਾਂ ਦੇ ਨਾਲ ਬੇਇਨਸਾਫੀ ਵਾਲੀ ਗੱਲ ਆ। ਤੁਹਾਨੂੰ ਤੁਸੀਂ ਸਰਕਾਰੀ ਪੈਸੇ ਉੱਥੇ ਖਰਚ ਕਰਦੇ ਹਾਂ, ਪਾਰਲੀਮੈਂਟ ਦਾ ਸੈਸ਼ਨ ਚੱਲਦਾ, ਤਨਖਾਹਾਂ ਤੁਹਾਨੂੰ ਮਿਲਦੀਆਂ ਨਹੀਂ, ਤੁਹਾਨੂੰ ਤਨਖਾਹਾਂ ਮਿਲਦੀਆਂ, ਕੰਮ ਤੁਸੀਂ ਕੋਈ ਕਰਦੇ ਨਹੀਂ, ਅਤੇ ਦੇਸ਼ ਦੀ ਸਾਰੀ ਤਰੱਕੀ ਰੁਕੀ ਪਈ ਆ। ਇਹ ਬਿਲਕੁਲ ਨੌਨ ਸੀਰੀਅਸ, ਭਾਵੇਂ ਅਪੋਜੀਸ਼ਨ ਆ ਭਾਵੇਂ ਰੂਲਿੰਗ ਆ, ਇਹ ਦੋਵੇਂ ਰਲ ਕੇ ਉੱਥੇ ਆਪਣੀਆਂ ਬਸਾਜ। ਥੈਂਕ ਯੂ ਵੈਰੀ ਮਚ, ਤੁਹਾਡਾ ਵਿਊ ਪੁਆਇੰਟ ਆ ਗਿਆ। ਅਸੀਂ ਆਪਣੇ ਮਹਿਮਾਨਾਂ ਦੇ ਨਾਲ ਮੁਲਕ ਦੇ ਅੰਦਰ ਜਿਹੜਾ ਅਸਹਿਣਸ਼ੀਲਤਾ ਦਾ ਮੁੱਦਾ, ਉਸ ਮੁੱਦੇ ਦੇ ਉੱਤੇ ਚਰਚਾ ਕੀਤੀ ਹੈ। ਮੈਂ ਇਸ ਚਰਚਾ 'ਚ ਸ਼ਾਮਿਲ ਹੋਣ ਲਈ, ਪੈਨਲ 'ਤੇ ਆਉਣ ਲਈ, ਦੋ ਪੜਾਵੀ ਚਰਚਾ ਦੇ ਲਈ ਆਪਣੇ ਤਿੰਨਾਂ ਮਹਿਮਾਨਾਂ ਗਰੇਵਾਲ ਜੀ, ਨਲਵੀ ਜੀ, ਪ੍ਰੋਫੈਸਰ ਮਨਜੀਤ ਸਿੰਘ ਦਾ ਜਿੱਥੇ ਧੰਨਵਾਦੀ ਹੈ। ਉੱਥੇ ਮੈਂ ਆਪਣੇ ਦਰਸ਼ਕਾਂ ਲਈ ਇਹ ਵੀ ਕਹਿਣਾ ਚਾਹਾਂਗਾ ਕਿ ਮੈਂ ਇਸ ਬਹਿਸ ਨੂੰ ਸਮੇਟਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਮੁਲਕ ਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਪਿਛਲੇ ਦਿਨਾਂ ਦੇ ਅੰਦਰ ਚੇਨਈ ਦੇ ਵਿੱਚ ਬਹੁਤ ਭਾਰੀ ਫਲੱਡ ਹੈ, ਤਾਂ ਉੱਥੇ ਇੱਕ ਮਟਿਆਰ ਜਿਸਦਾ ਨਾਂ ਚਿਤਰਾ ਸੀ, ਉਹ ਫਲੱਡ ਦੇ ਵਿੱਚ ਡੁੱਬਣ ਲੱਗੀ ਸੀ, ਉਹਦਾ ਗਲ ਗਲ ਤੱਕ ਪਾਣੀ ਆ ਗਿਆ। ਇੱਕ MBA ਮੁਸਲਿਮ ਲੜਕਾ ਜਿਸਦਾ ਨਾਂ ਯੂਨਸ ਸੀ, ਉਸਨੇ ਅਚਾਨਕ ਆ ਕੇ ਉਹ ਚਿਤਰਾ ਜਿਹੜੀ ਕਿ ਗਰਭਵਤੀ ਔਰਤ ਸੀ ਉਸਨੂੰ ਬਚਾਇਆ। ਉਸ ਔਰਤ ਨੇ ਜਦੋਂ ਅਗਲੇ ਦਿਨ ਲੜਕੀ ਨੂੰ ਜਨਮ ਦਿੱਤਾ, ਤਾਂ ਉਸ ਚਿਤਰਾ ਜੋੜੀ ਨੇ ਉਸ ਬੱਚੀ ਦਾ ਨਾਂ ਉਸ ਮੁਸਲਮਾਨ ਲੜਕੇ ਦੇ ਨਾਂ 'ਤੇ ਯੂਨਸ ਰੱਖਿਆ। ਜਦੋਂ ਯੂਨਸ ਨੂੰ ਇਸ ਗੱਲ ਦਾ ਪਤਾ ਲੱਗਿਆ, ਤਾਂ ਉਸਨੇ ਕਿਹਾ ਕਿ ਜਿਹੜੀ ਨਵਜੰਮੀ ਬੱਚੀ ਹੈ ਉਸਦੀ ਪੜ੍ਹਾਈ ਦਾ ਸਾਰਾ ਖਰਚਾ ਮੈਂ ਅਦਾ ਕਰਾਂਗਾ। ਕਿ ਸਾਰਾ ਮੁਲਕ ਚਿਤਰਾ ਜੋੜੀ ਅਤੇ ਯੂਨਸ ਨਹੀਂ ਬਣ ਸਕਦਾ? ਸ਼ਾਇਦ ਇਹ ਸਹਿਣਸ਼ੀਲਤਾ ਦੇ ਮੁੱਦੇ 'ਤੇ ਬਹਿਸ ਦੀ ਲੋੜ ਹੀ ਨਹੀਂ ਰਹੇਗੀ।